ਪਲਾਜ਼ਾ ਬਣਾਤਾ ਫਰੀਦ ਨੇ ਬੜਾ ਜੰਬੋ ਪਲਾਜ਼ਾ ਬਣਾਤਾ ਤੇ ਵਿੰਗਾ ਉਹ ਕਹਿੰਦੇ ਇਹ ਕਿੱਦਾਂ ਵਿੰਗਾ ਬਣਾਇਆ ਕਹਿੰਦਾ ਭਾਈ ਜਿੱਦਣ ਮੈਂ ਬਣਾਇਆ ਹਨੇਰੀ ਬਹੁਤ ਲੱਗੀ ਅੱਛਾ ਯਾਰ ਮੇਰੀ ਗੱਲ ਸੁਣ ਇਹਦਾ ਬੁਰਜ ਇਹ ਕਿਹੜਾ ਬੁਰਜ ਹੁੰਦਾ ਕਸ਼ਵ ਸਾਹਿਬ ਰਿਸ਼ਤੇ ਕਰਾਉਂਦੇ ਹੁੰਦੇ ਸੀ ਰਿਸ਼ਤਿਆਂ ਦਾ ਦਫ਼ਤਰ ਬਣਾ ਲਿਆ ਤੇ ਬਾਹਰ ਲਿਖਾਇਆ ਮਾਹਰੀ ਅਮਰਾਜ਼ੇ ਖਸਮ ਦਸ ਬੋਰੀਆਂ ਦਾ ਭਾਈ ਸੀਮਰ ਬਣਾ ਕੇ ਪਈ ਹੋਵੇ ਅੱਜ ਛੁੱਟੀ ਨਾ ਕਰ ਅਸਲ ਕੋਮ ਨਾਦਰੀਨ ਅੱਛਾ ਇਹ ਠਹਿਰੋ ਤਾੜੀ ਤਾੜੀ ਨਹੀਂ ਮਾਰੀ ਠਹਿਰੋ ਇਹ ਟੀ ਟਾਈਮ ਨਹੀਂ ਆ ਹਾਂ ਇਹ ਟੀ ਟਾਈਮ ਨਹੀਂ ਆ ਇਹ ਟੀ ਟਾਈਮ ਸ਼ੁਰੂ ਹੋਣ ਤੋਂ ਪਹਿਲੇ ਜਿਹੜਾ ਇੱਕ ਤਾਰਫੀ ਪ੍ਰੋਗਰਾਮ ਹੁੰਦਾ ਨਾ ਇਹ ਉਹ ਆ ਇਹ ਟੀ ਟਾਈਮ ਨਹੀਂ ਆ ਅਤੇ ਦੂਸਰੀ ਗੱਲ ਇਹ ਆ ਕਿ ਮਾਸ਼ਾਲਾ ਮਾਸ਼ਾਲਾ ਅੱਜ ਤੇ ਹੈ ਕਿਆ ਬਾਤ ਆ ਸਿਰਫ ਕੈਮਰਾਮੈਨ ਰਹਿ ਗਿਆ ਉੱਥੇ ਉਹ ਵੀ ਆਉਣ ਲੱਗਾ ਸੀ ਅਸੀਂ ਸਾਰੇ ਅੱਜ ਪਾਲੇ ਅੱਜ ਅਸੀਂ ਸਾਰੇ ਪਾਲੇ ਕੱਲ੍ਹ ਤੋਂ ਫਿਰ ਸਿਲੈਕਸ਼ਨ ਦੇ ਨਾਲ ਪਾਇਆ ਕਰਾਂਗੇ ਨਾ ਮਤਲਬ ਕਿ ਚਾਰ ਪੰਜ ਜਣੇ ਤਿੰਨ ਚਾਰ ਜਣੇ ਇੱਦਾਂ ਅੱਜ ਕਿਉਂਕਿ ਸਾਰੇ ਆਹ ਵੇਖੋ ਇਹਨੂੰ ਪਛਾਣਦੇ ਆ ਆਏ ਇਹਨੂੰ ਇਹਨੂੰ ਪਛਾਣਦੇ ਆ ਗੁੱਜਰ ਗੁੱਜਰ ਨੇ ਕੀਆ ਹੈ ਇਸ਼ਾਰਾ ਲੈਦਰ ਦਾ ਗੁੱਜਰ ਕਿਹੜਾ ਲੈਦਰ ਲੈਦਰ ਹਾਂ ਫੈਸਲ ਰਾਮੇ ਲਓ ਜੀ ਨਾਦਰੀਨ ਅੱਜ ਦੇ ਸ਼ੋਅ ਦੇ ਵਿੱਚ ਕੁਛ ਵੀ ਨਹੀਂ ਆ ਕਸਮੇ ਵੀ ਅਸੀਂ ਐਵੇਂ ਬੈਠੇ ਸੀ ਕਹਿੰਦੇ ਮੈਂ ਕਿਹਾ ਚਲੋ ਸ਼ੋਅ ਕਰ ਲੈਂਦੇ ਹਾਂ ਅੱਛਾ ਮੈਂ ਆਇਆ ਦੁਬਈਓਂ ਠੀਕ ਆ ਜੀ ਪਹਿਲੇ ਤਾਂ ਨਾਦਰੀਨ ਮੈਂ ਤੁਹਾਨੂੰ ਕੀ ਦੱਸਾਂ ਵੀ ਦੁਬਈ ਅਤੇ ਪਾਕਿਸਤਾਨ ਦਾ ਕਿੰਨਾ ਫਰਕ ਆ ਜਾਂ ਬਾਕੀ ਮੁਲਕਾਂ ਦਾ ਵੀ ਅਤੇ ਇੱਕ ਜੈਨੂਇਨ ਗੱਲ ਇਹ ਆ ਕਿ ਬਈ ਜਿੰਨਾ ਮਰਜ਼ੀ ਦੁਬਈ ਮੈਨੂੰ ਸੋਹਣਾ ਲੱਗਾ ਹਰ ਚੀਜ਼ ਸੋਹਣੀ ਲੱਗੀ ਪਰ ਜਿੱਥੇ ਜਿੱਥੇ ਜਿਹੜੀ ਚੀਜ਼ ਅੱਛੀ ਲੱਗੀ ਨਾ ਮੈਨੂੰ ਆਪਣਾ ਮੁਲਕ ਯਾਦ ਆਇਆ ਕਿ ਉੱਥੇ ਕਿਉਂ ਨਹੀਂ ਕਸਮੇ ਔਰ ਮੈਂ ਸ਼ੋਅ 'ਚ ਵੀ ਕਿਹਾ ਕਿ ਲੋਕ ਦੇਖਦੇ ਨਾ ਓਏ ਯਾਰ ਸਾਡਾ ਮੁਲਕ ਤਾਂ ਕੱਖ ਨਹੀਂ ਇੱਦਾਂ ਨਹੀਂ ਮੇਰੇ ਦੇ ਮੈਂ ਕਿਹਾ ਯਾਰ ਉੱਥੇ ਇੱਦਾਂ ਕਿਉਂ ਨਹੀਂ ਉੱਥੇ ਹੋਣਾ ਚਾਹੀਦਾ ਵਾ ਔਰ ਦਿਲੋਂ ਦੁਆ ਨਿਕਲੀ ਗੱਲਾਂ ਮੀਆਂ ਸਾਡੇ ਮੁਲਕ ਨੂੰ ਵੀ ਉੱਦਾਂ ਦਾ ਕਰ ਦੇਵੇ ਕਿ ਸੜਕ ਕੋਈ ਬਾਬਾ ਕੋਈ ਬਜ਼ੁਰਗ ਕੋਈ ਮਾਈ ਸੜਕ ਟੱਪਣ ਲੱਗੇ ਅਤੇ 20 ਕਰੋੜ ਵਾਲੀ ਗੱਡੀ ਵੀ ਆ ਤਾਂ ਬ੍ਰੇਕ ਮਾਰ ਕੇ ਰੋਕ ਲਵੇ ਉਹਦੇ ਇਤਰਾਮ 'ਚ ਇਹ ਉੱਥੇ ਹੁੰਦਾ ਜੇ ਕਸਮੇ ਇੱਥੇ ਵੀ ਹੋਵੇ ਇੱਥੇ ਸੜਕ ਅੱਲਾ ਮਾਫੀ ਦੇਵੇ ਸਹੀ ਗੱਲ ਇੱਥੇ ਮਤਲਬ ਕੋਈ ਬੰਦਾ ਪੈਦਲ ਲੰਘਣ ਵਾਲਾ ਹੈਗਾ ਤਾਂ ਗੱਡੀ ਵਾਲਾ ਵੀ ਉਹਨੂੰ ਮੋੜੀ ਜਾਂਦਾ ਵੀ ਉੱਤੋਂ ਦੇ ਲੰਘ ਜਾਵਾਂ ਅਤੇ ਸ਼ੀਸ਼ਾ ਥੱਲੇ ਕਰਕੇ ਕਹਿੰਦਾ ਉਹ ਮੇਰੀ ਥੱਲੇ ਹੀ ਆਉਣਾ ਮਰੇ ਕਿਸੇ ਹੋਰ ਥੱਲੇ ਆ ਮੈਨੂੰ ਕਦੋਂ ਜਾਪ ਆਉਣਾ ਠੀਕ ਆ ਨਾ ਇੱਥੇ ਇੱਥੇ ਬੰਦੇ ਵੀ ਐਸੇ ਨੇ ਯਕੀਨ ਕਰੋ ਵੀ ਗੱਡੀ ਸੜਕ ਤੋਂ ਤੁਰੇ ਰਹਿੰਦੇ ਗੱਡੀ ਜਦੋਂ ਬਚ ਕੇ ਤਾਂ ਮੂੰਹ 'ਚ ਗਾਲ ਕੱਢਣਗੇ ਤਾਂ ਜਦੋਂ ਅਗਲਾ ਰੋਕ ਕੇ ਸ਼ੀਸ਼ਾ ਥੱਲੇ ਕਰ ਲੈਂਦਾ ਅਤੇ ਫਿਰ ਕਿੱਦਾਂ ਦੇ ਐਕਸਪ੍ਰੈਸ਼ਨ ਹੋ ਜਾਂਦੇ ਅਕਸਰ ਬੰਦਿਆਂ ਦੇ ਉਹ ਤਾਂ ਪਹਿਲੇ ਚੌਰ ਹੀ ਨੇ ਗੱਡੀ ਆ ਰਹੀ ਨਾ ਨੱਕੇ ਐਕਰ ਉਹ ਜਾ ਕਿਸੇ ਅਤੇ ਹੁਣ ਉਹਨੇ ਸ਼ੀਸ਼ਾ ਤਾਂ ਕੀ ਉਹ ਭਾਅ ਜੀ ਦੇਖ ਤਾਂ ਲਓ ਨਾ ਤੁਸੀਂ ਕੀ ਕਰਦੇ ਸਾਡੇ ਇੱਥੇ ਇੱਦਾਂ ਅਕਸਰ ਚੇਂਜ ਹੁੰਦਾ ਨਿਜ਼ਾਮ ਸਾਡੇ ਭਾਅ ਜੀ ਕਈ ਐਸੇ ਇੱਥੇ ਵੀ ਬੰਦੇ ਆਏ ਨੇ ਐਸੇ ਉਹ ਦੇਖਦੇ ਨੇ ਕਿ ਪੈਦਲ ਬਾਬਾ ਆ ਰਿਹਾ ਅਤੇ ਇੰਜ ਉਹਨੇ ਪੈਰ ਰੱਖਿਆ ਸੜਕ 'ਤੇ ਅਤੇ ਗੱਡੀ ਰੋਕ ਲੈਂਦੇ ਨੇ ਕਿਉਂ ਭਲਾ ਕਿਉਂ ਕਿਉਂਕਿ ਉਹ ਕਹਿੰਦੇ ਸੈਂਟਰ 'ਚ ਆ ਜਾਵੇ ਫੇਰ ਮਾਰਾਂਗੇ ਤਾਂ ਇਹ ਤਾਂ ਹੋ ਸਕਦਾ ਬਚ ਜਾਏ ਵੈਸੇ ਪਰ ਉੱਥੇ ਨਾ ਇਨਸਾਨੀਅਤ ਬਹੁਤ ਜ਼ਿਆਦਾ ਹੈ ਹਕੂਕ ਵਾਲੀ ਬਾਤ ਜਿਸ ਤਰ੍ਹਾਂ ਇਨਸਾਨ ਦੀ ਕਦਰ ਬਹੁਤ ਹੈ ਭਾਈ ਨਾ ਉੱਥੇ ਨਹੀਂ ਹੈ ਉਹਨਾਂ ਨੇ ਇੱਥੇ ਨੌ ਰੱਖ ਕੇ ਕਿਰਾਏ ਨੇ ਜ਼ਬਰਦਸਤੀ ਕਰਾਏ ਕਿ ਕਰਨਾ ਹੈ ਅੱਛਾ ਉੱਥੇ ਦੇ ਕਾਨੂੰਨ ਨੂੰ ਸਭ ਤੋਂ ਬਹੁਤਾ ਬੁਰਾ ਪਤਾ ਕੌਣ ਕਹੇਗਾ ਜਿਹਦਾ ਕੋਈ ਰੂਟੀਨ ਲਾਈਫ ਦੀ ਕੋਈ ਰੂਲ ਨਹੀਂ ਹੈਗਾ ਕਿ ਉਹ ਫੜਿਆ ਜਾਂਦਾ ਅਤੇ ਉਹਨਾਂ ਨੂੰ ਕਹੀ ਜਾਂਦਾ ਹੁਣ ਫੋਨ ਸੁਣ ਰਿਹਾ ਅਸਨ ਸਾਹਿਬ ਉਹ ਟਰੱਕ ਕੱਢਿਆ ਵਾਲਾ ਅਤੇ ਉਹਦਾ ਕਿਤੇ ਚਲਾਣ ਹੋ ਗਿਆ ਤਾਂ ਮੈਨੂੰ ਕਹਿ ਰਿਹਾ ਯਾਰ ਆ ਦੇਖਣਾ ਕਿਹੜਾ ਕਾਨੂੰਨ ਆ ਕੀ ਆ 800 ਦਿਰਮ ਦਾ ਚਲਾਣ ਕਰਤਾ ਯਾਰ ਕਹਿੰਦੇ ਤੂੰ ਫੋਨ ਸੁਣ ਰਿਹਾ ਸਾਂ 800 ਦਿਰਮ ਮੈਂ ਕਿਹਾ 800 ਦਿਰਮ ਅੱਛਾ ਹੁਣ ਸਾਡੇ ਪਾਕਿਸਤਾਨੀ ਦਾ ਇਹ ਬੜਾ ਜਿਹੜਾ ਨਵਾਂ ਨਵਾਂ ਜਾਂਦਾ ਨਾ ਉਹ ਜ਼ਰਬ ਤਕਸੀਮ ਬਹੁਤ ਦਿੰਦਾ ਉੱਥੇ ਚੱਲ ਜਾਂਦਾ ਉਦੋਂ ਤੁਸੀਂ ਕਿਤੇ ਵੀ ਬਾਹਰ ਅਤੇ ਇਹ ਹੋ ਮੱਚ ਪ੍ਰਾਈਸ ਅਤੇ ਉਹ ਕਹਿੰਦਾ ਜੀ 5 ਦਿਰਮ ਅਤੇ ਉਸੇ ਟਾਈਮ ਹਿਸਾਬ ਨਾਲ 5 ਦਿਰਮ 54 ਦਾ ਦਿਰਮ 54 ਰੁਪਏ ਦਾ ਜਿਰਮ ਆ 5 5 5 5 ਪੌਣੇ 300 ਰੁਪਏ ਦੀ ਕੁਲਫੀ ਰਹਿਣ ਦੋ ਅੱਲਾ ਦੀ ਕਸਮ ਸਹੀ ਹੈ ਉੱਥੇ ਬੜੇ ਬੰਦੇ ਜਾ ਕੇ ਨਾ ਮਲਟੀਪਲਾਈ ਕਰਨ ਨਹੀਂ ਅੜਦੇ ਅਤੇ ਕੁਛ ਨਹੀਂ ਖਾਂਦੇ ਪੀਂਦੇ ਕੁਛ ਨਹੀਂ ਖਰੀਦਦੇ ਅੱਛਾ ਯਾਰ ਆ ਮੈਂ ਬੱਚਿਆਂ 'ਚ ਫੁੱਟਬਾਲ ਲੈ ਜਾਵਾਂ ਚਲੋ ਠੀਕ ਹੈ ਕਿੰਨੇ ਦਾ ਜੀ 7 ਦਿਰਮ ਦਾ 7 ਦਿਰਮ ਅੱਛਾ 7 5 35 350 ਉੱਤੇ 35 'ਚ 3600 ਰੁਪਏ ਦਾ ਉਹ ਸਾਡੇ ਨਹੀਂ ਕਿੰਨੇ ਦਾ 7 ਦਿਰਮ ਉਹ ਇੰਨਾ ਕੁ 900 ਰੁਪਏ ਦਾ ਇੰਨਾ ਕੁ ਰਹਿਣ ਦੇ ਉੱਥੋਂ ਚਾਲੀਆਂ ਦਾ ਮਿਲ ਜਾਂਦਾ ਮਹੀਨਾ ਫਿਰਦੇ ਰਹਿਣਗੇ ਕੋਈ ਚੀਜ਼ ਨਹੀਂ ਖਰੀਦਣਗੇ ਜਿੰਨੀ ਉੱਥੇ ਫਿਰ ਜਿਹੜੇ ਸਿਆਣੇ ਬੰਦੇ ਉਹ ਕਹਿੰਦੇ ਭਾਵੇਂ ਜੋ ਲੈਣਾ ਲਵੋ ਕਦੀ ਵੀ ਜ਼ਰਬ ਨਹੀਂ ਦੇਣੀ ਇੱਥੇ ਜ਼ਰਬ ਦਿਓਗੇ ਮਾਰ ਯਾਰ ਤੂੰ ਕਟਿੰਗ ਜੋ ਕਰਾਉਣ ਗਿਆ ਕਟਿੰਗ ਕਰਾਉਣ ਗਿਆ ਉਹਨੇ ਕਿਹਾ ਜੀ 50 ਦਿਰਮ ਹੁਣ 50 ਦਿਰਮ ਦੀ ਕਟਿੰਗ ਅਤੇ 5 5 5 100 ਰੁਪਈਆ ਸਹੀ ਹੈ
500 ਦੀ ਕਟਿੰਗ ਸੁਣ ਕੇ ਤੂੰ ਦਿਲ ਕਰੇ 6 ਮਹੀਨੇ ਜਿਹੜੇ ਵਾਲ ਕਰਕੇ ਤੇ ਫਿਰਦਾ ਰਵੇ ਤੇ ਤੂੰ ਕਟਿੰਗ ਨਹੀਂ ਕਰਾਉਣੀ ਲੋਕੀ ਤੁਹਾਡੇ ਕੋਲ ਨੰਬਰ ਮੰਗਦੇ ਆਹੋ ਮਤਲਬ ਜਿਹੜੇ ਵਾਲ ਔਰਤ ਬਣ ਜਾਏ ਤੂੰ ਲਵੇਟ ਕੇ ਤੇ ਲੇਕਿਨ ਭਾਈ ਨੂੰ ਉੱਥੇ ਫਿਰ ਜੋ ਤੁਸੀਂ ਕੋਈ ਕੰਮ ਕਰਦੇ ਜੇ ਤੇ ਤੁਹਾਨੂੰ ਉਹ ਵੀ ਉਦਾਂ ਹੀ ਮਿਲਦੇ ਨੇ ਤੇ ਮੈਂ ਗੱਲ ਕੀ ਕਰ ਰਿਹਾ ਸਾਂ ਐਸਲ ਭਾਈ ਦਾ 800 ਰੁਪਏ ਦਾ ਚਲਾਨ ਹੋ ਗਿਆ ਨਾਦਰੀਨ 800 ਦਾ ਚਲਾਨ ਹੋ ਗਿਆ ਤੇ ਹੁਣ ਖਿਚਿਆ ਫਿਰ ਰਿਹਾ ਅਰਬੀਆਂ ਤੇ ਉਹਨਾਂ ਦੀ ਗੌਰਮੈਂਟ ਨੂੰ ਗਲਤ ਕਹੀ ਜਾ ਰਿਹਾ ਤੇ ਮੈਂ ਕਿਹਾ ਯਾਰ ਤੂੰ ਮੈਂ ਸੁਣਿਆ ਨਹੀਂ ਕਹਿੰਦਾ ਫੋਨ ਮੈਂ ਸੁਣਿਆ ਨਹੀਂ ਯਾਰ ਸਜਾਦ ਭਾਈ ਮੈਂ ਸੁਣਦਾ ਨਹੀਂ ਫੋਨ ਤੇ ਮੈਂ ਕਿਹਾ ਫਿਰ ਤੇ ਹੁਣ ਨਾ ਕਹਿੰਦਾ ਕਿ ਇੱਕ ਉਹਨਾਂ ਕੋਲ ਤਰੀਕਾ ਵਾ ਉਹ ਕਹਿੰਦੇ ਜਿਹੜਾ ਬੰਦਾ ਨਹੀਂ ਨਾ ਮੰਨਦਾ ਕਿ ਮੈਂ ਨਹੀਂ ਸੁਣਿਆ ਫੋਨ ਉਹ ਕਹਿੰਦੇ ਫਿਰ 200 ਦਿਰਮ ਜ਼ਿਆਦਾ ਦਿਓ ਅਸੀਂ ਤੁਹਾਨੂੰ ਵੀਡੀਓ ਦਿਖਾ ਦਿੰਦੇ ਕਿ ਤੁਸੀਂ ਇਹ ਸੁਣ ਰਹੇ ਬਹੁਤ ਅੱਛੇ ਠੀਕ ਹੈ ਜੀ ਤੇ ਕਹਿੰਦਾ ਮੈਂ ਵੀਡੀਓ ਵੇਖਣੀ ਆ ਤੇ ਮੈਂ ਉਹਨਾਂ ਨੂੰ ਝੂਠਿਆ ਕਰਨਾ ਵਾ ਲਓ ਜੀ 800 ਸੀ ਪਹਿਲੇ ਕਰੈਕਟਰ ਉੱਥੇ ਗਿਆ ਕਹਿੰਦਾ ਜੀ ਮੈਂ ਸੁਣਿਆ ਨਹੀਂ ਉਹਨਾਂ ਨੇ ਕਿਹਾ ਜੀ ਫਿਰ 1000 ਦਿਓ ਤੁਹਾਨੂੰ ਵੀਡੀਓ ਵਿਖਾਈਏ ਤੇ ਉਹਨਾਂ ਨੇ 200 ਦਿੱਤਾ ਪਹਿਲੇ ਉਹਨਾਂ ਨੇ ਸੋਹਣੀਆਂ ਤਸਵੀਰਾਂ ਵੀਡੀਓ ਇਸ਼ਾਰੇ ਦੇ ਕੋਲ ਖੜਾ ਫੋਨ ਸੁਣ ਰਿਹਾ ਉਹਨਾਂ ਨੇ ਕਿਹਾ ਜੀ ਆ ਲਓ ਲਿਆ ਹੁਣ 200 ਦਿਓ ਤੇ 800 ਆ ਵੀ ਦਿਓ ਤੇ 800 ਬਚਾਉਣ ਦੀ ਪਤਾ 1000 ਦੇ ਕੇ ਆਇਆ ਤੇ ਮੈਂ ਕਿਹਾ ਹਾਂ ਹੁਣ ਸੁਣਾ ਆਹੋ ਕਹਿੰਦਾ ਯਾਰ ਮੇਰੀ ਤੇਰੀ ਭਰਜਾਈ ਦਾ ਫੋਨ ਆਇਆ ਆਇਆ ਸੀ ਫੋਨ ਕਹਿੰਦਾ ਮੈਨੂੰ ਯਾਦ ਆ ਰਿਹਾ ਮੈਂ ਕਿਹਾ ਅਗਲੇ ਨੇ ਬੇਟਾ 200 ਦਿਰਮ ਦਾ ਮਤਲਬ ਆ ਕਿ 12000 ਰੁਪਇਆ ਉਹਨਾਂ ਨੇ ਯਾਦ ਕਰਾਇਆ ਤੈਨੂੰ ਸਮਝ ਆ ਰਹੀ ਨਾ ਗੱਲ ਦੀ ਸਤਜ ਤੇ ਮੰਗਾ ਕਿਸੀ ਉੱਥੇ ਹੈ ਮੰਗਣ ਵਾਲੇ ਸਤਜ ਹਾਂ ਹਾਂ ਹੈ ਹਾਲਾਂਕਿ ਉੱਥੇ ਪਾਬੰਦੀ ਆ ਲੇਕਿਨ ਭਾਈ ਲੋਕੀ ਬੜੇ ਹਿਸਾਬ ਨਾਲ ਇੰਗਲਿਸ਼ ਚ ਮੰਗਦੇ ਨੇ ਤਰੀਕੇ ਦੇ ਨਾਲ ਕੋਈ ਪਤਾ ਨਹੀਂ ਲੱਗਦਾ ਪਿਤਾ ਅੱਛਾ 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 ਉੱਥੇ ਚਲਾਨ ਕਿੰਨਾ ਕਿੰਨਾ ਵਾ ਨਾਜ਼ਰੀਨ ਤੁਸੀਂ ਹੁਣ ਕਹਿਣਾ ਪਤਾ ਨਹੀਂ ਇੱਥੇ ਆ ਕੇ ਦੁਬਈ ਦੀਆਂ ਗੱਲਾਂ ਕਰੀ ਜਾ ਰਿਹਾ ਮੈਂ ਪਾਕਿਸਤਾਨ ਤੁਹਾਨੂੰ ਦੱਸ ਰਿਹਾ ਕਿ ਕਿੱਦਾਂ ਮੁਲਕ ਬਣਦੇ ਨੇ ਕਿੱਦਾਂ ਦੁਨੀਆ ਦਾ ਉਹ ਬੈਸਟ ਮੁਲਕ ਬਣਿਆ ਕਿ ਅਮੈਰੀਕਨ ਵੀ ਉੱਥੇ ਤਾਂ ਨਜ਼ਰ ਆਉਣਗੇ ਤੁਹਾਨੂੰ ਦੁਨੀਆ ਦੇ ਹਰ ਮੁਲਕ ਵਾਲਾ ਬੰਦਾ ਉੱਥੇ ਸਿਰਫ ਐਂ ਮੂੰਹ ਖੁੱਲ੍ਹੇ ਉਹਨਾਂ ਦੇ ਬਿਲਡਿੰਗਾਂ ਦੇ ਕੇ ਐਸਾ ਸਾ ਜਿਹੜੀ ਉਹਨਾਂ ਨੇ ਹੁਣ ਬਣਾਈ ਅੰਗੂਠੀ ਟੈਪ ਬਿਲਡਿੰਗ ਹਾਂਜੀ ਹਾਂਜੀ ਉਹ ਜਿਹੜਾ ਬੁਰਜ਼ੂ ਪਲਾਸ ਹੈ ਬੁਰਜ਼ੂ ਪਲਾਸ ਬੁਰਜ ਖਲੀਫਾ ਨਹੀਂ 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 ਉਹ ਯਾਰ ਬੁਰਜ ਅਰਬ ਅੱਛਾ ਯਾਰ ਮੇਰੀ ਗੱਲ ਸੁਣ ਇਹਦਾ ਬੁਰਜ ਇਹ ਕਿਹੜਾ ਬੁਰਜ ਹੁੰਦਾ 40 ਜਣਿਆਂ ਦੇ ਛਿੱਟਾਂ ਪਾ ਕੇ ਤੂੰ ਇਹ ਦੱਸਣਾ ਵੀ ਬੁਰਜ ਲਰਬ ਤੁਸੀਂ ਬੰਦੇ ਢੀਡ ਕਰ ਦਿੰਦੇ ਹੋ ਬੰਦੇ ਮੈਂ ਤੈਨੂੰ ਔਰਤਾਂ 'ਚ ਵੀ ਕਰ ਦੇਣਾ ਉਹ ਮੈਨੂੰ ਲੱਭ ਨਹੀਂ ਰਹੀਆਂ ਤੂੰ ਕਿਤੇ ਮੈਨੂੰ ਔਰਤਾਂ 'ਚ ਖਲੋਤਾ ਮਿਲ ਸਹੀ ਤੈਨੂੰ ਮੈਂ ਉੱਥੇ ਵੀ ਕਰ ਦੇਣਾ ਤੈਨੂੰ ਮੈਂ ਸੀ ਮੇਲ 'ਚ ਵੀ ਕਰਨਾ ਤੈਨੂੰ ਮੈਂ ਹਰ ਜਿਨਸ 'ਚ ਢੀਡ ਕਰਨਾ ਬੇਟੇ ਅਤੇ ਨਾਜ਼ਰੀਨ ਅਤੇ ਗੱਲ ਕਰਨ ਦਾ ਮਕਸਦ ਹੈ ਕਿ ਸਾਨੂੰ ਵੀ ਦੁੱਖ ਉਹ ਥੋੜ੍ਹਾ ਮੂੰਹ ਅਤੇ ਪਰੇ ਕਾਰਨ ਫਿੱਟੇ ਮੂੰਹ ਅੱਛਾ ਚਲੋ ਛੱਡੋ ਯਾਰ ਉਹ ਦੁਬਈ ਦੀਆਂ ਗੱਲਾਂ 'ਤੇ ਕਿਉਂਕਿ ਗੱਲਾਂ ਕੀ ਕਰਨੀਆਂ ਨੇ ਵੈਸੇ ਮੈਂ ਦੱਸ ਰਿਹਾ ਸਾਂ ਸਾਹਿਬ ਅੱਛਾ ਜੀ ਸਾਡੇ ਨਾਲ ਇਹ ਸਾਡੇ ਕਰੈਕਟਰ ਦੋਵੇਂ ਇਹ ਇੰਜ ਵਿਛੜੇ ਮੁੜ ਕੇ ਆ ਗਏ ਹੈ ਨਾ ਲਓ ਜੀ ਕਾਸ਼ਿਫ ਅਸਰੀ ਸਾਹਿਬ ਫਲਕ ਸ਼ੇਰ ਫਲਕ ਸ਼ੇਰ ਦਾ ਨਾਂ ਕਿੱਡਾ ਖੂਬਸੂਰਤ ਆ ਫਲਕ ਸ਼ੇਰ ਹੈ ਨਾਦਰੀਨ ਮੈਂ ਉੱਥੋਂ ਇੱਕ ਚੀਜ਼ ਲੈ ਕੇ ਆਇਆ ਕਿਉਂਕਿ ਇੱਥੇ ਨਾ ਜਦੋਂ ਟੀ ਟਾਈਮ 'ਚ ਆਪਾਂ ਵੱਜਦਾ ਸੀ ਨਾ ਹਾਰਮੋਨੀਅਮ ਬਹੁਤ ਵੱਡਾ ਹੁੰਦਾ ਸੀ ਗਾਣੇ ਦਾ ਹਾਰਮੋਨੀਅਮ ਵਜਾਉਣਾ ਲਿਆਉਣਾ ਜਗ੍ਹਾ ਮੈਂ ਉੱਥੋਂ ਇੱਕ ਆਈਟਮ ਲੈ ਕੇ ਆਇਆ ਇਹ ਦੇਖੋ ਚੈੱਕ ਕਰਨਾ ਨਿਜ਼ਾਮ ਇਹ ਮੈਨੂੰ ਗਿਫਟ ਮਿਲਿਆ ਤੁਹਾਨੂੰ ਮੈਂ ਦੱਸਣਾ ਮੈਨੂੰ ਗਿਫਟ ਦਿੱਤਾ ਕਿੰਨੇ ਆ ਕਰਦਾ ਇੱਥੋਂ ਹਰ ਇੱਕ ਪਹਿਲੇ ਸਿੱਧਾ ਠੀਕ ਹੈ ਵੈਰੀਏਸ਼ਨ ਵੈਰੀਏਸ਼ਨ ਬੇਟਾ ਇਹਦੇ 'ਚ ਨਾਲ ਸਮੋਕ ਸਿਸਟਮ ਵੀ ਹੈ ਸਿਗਰਟ ਵੀ ਨਾਲ ਚਲੋ ਜੀ ਕਾਸ਼ਰ ਸਾਹਿਬ ਪੱਕੀ ਕਰ ਲੈ ਤੂੰ ਮੇਰੇ ਨਾਲ ਯਾਰੀ ਪੱਕੀ ਕਰ ਲੈ ਤੂੰ ਮੇਰੇ ਨਾਲ ਯਾਰੀ ਜਾ ਸਜਣਾ ਵੇ ਸੱਤੇ ਪਟਵਾਰੀ ਮੈਂ ਜਿੰਦ ਤੇਰੇ
ਤਾਬੇਦਾਰੀ ਕਿੱਥੇ ਆ? ਮੇਰੇ ਨਾਲ ਪਿਛਲੀ ਸਾਈਡ ਤੇ ਨਹੀਂ ਜਾਣਾ। तेरी कर दी रवानी तबेदारी जा सजना वे सदे पटवारी मैं जिंद तेरे नाना ओ नाना मैं जिंद तेरे नाना ओ नाना मैं जिंद तेरे नाना ओ नाना मैं जिंद तेरे नाना। ओ उस्ताद जी उन्हें कल्याण कही नहीं केड़ी तेरी करती रवानगी ताबेदार गुजरा वो गया ही नहीं इन्हें वो जानता सी कैसा साज वैसे जदीद चीज वखाती तुसी मैनू इसको कहते हैं आना मीना हारमोनिका डीका हारमोनिका हारमोनिका हाँ हारमोनिका भरावा आ हारमोन तू नहीं बोल रहा क्यों है ਮੈਂ ਵੈਸੇ ਹੀ ਪਿੱਛੇ ਨੂੰ ਤੋਂ ਇਹ ਵੀ ਗਿਟਾਰ ਆ ਰਿਹਾ ਨਹੀਂ ਨਹੀਂ ਇਹਨੂੰ ਇਹਨੂੰ ਮੈਂ ਆਪ ਹੀ ਰੋਕਿਆ ਮੈਂ ਕਿਹਾ ਤੂੰ ਨਹੀਂ ਹਲੇ ਬੋਲਣਾ ਬੰਦੇ ਮੈਨੂੰ ਮੇਰੇ ਅੱਬੂ ਯਾਦ ਆ ਗਏ ਉਸਤਾਦ ਜੀ ਮੇਰੇ ਅੱਬੂ ਨੇ ਮੇਰੇ ਲਈ ਇੰਜ ਦਾ ਲਿਆਂਦਾ ਸੀ ਮੈਂ ਛੋਟਾ ਜਿਹਾ ਹੁੰਦਾ ਸੀ ਏਡਾ ਅੱਛਾ ਉਹ ਜਿੱਥੋਂ ਤੇਰੇ ਅੱਬੂ ਨੇ ਇੱਦਾਂ ਦਾ ਲਿਆਂਦਾ ਸੀ ਨਾ ਉਹ ਬੰਦਾ ਹਾਲੇ ਤੱਕ ਤੇਰੇ ਅੱਬੂ ਨੂੰ ਲੱਭ ਰਿਹਾ ਕਿਉਂ ਤੂੰ 5 ਮਿੰਟ ਕਹਿ ਕੇ ਤਾਂ ਲੈ ਕੇ ਆਇਆ ਸੀ 5 ਮਿੰਟ ਹਾਰਮੋਨੀਅਮ ਬਹੁਤ ਵੱਡਾ ਨਿਦਾਮ ਹੋ ਜਾਂਦਾ ਸੀ। ਹਾਂ ਵਾਹ ਵਾਹ ਉਸਤਾਦ ਜੀ ਹਾਂ ਮੈਨੂੰ ਦੇ ਦਿਓ ਮੈਂ ਜ਼ਿੰਦਗੀ 'ਚ ਨਹੀਂ ਕੋਈ ਜਾਇਆ ਬੰਦਾ ਨਾ ਤੁਹਾਡੇ ਕੋਲ ਕੀ ਇਹਦੇ ਤੇ ਨਾ ਪਾਣੀ ਪਰੋਂਕਣਾ ਵਾ ਕੀ ਕਰਨਾ ਤੂੰ ਇਹਦੇ ਨਾਲ ਯਾਰ ਉਹਨੂੰ ਖਰਾਕ ਵਾਲੀ ਨਾਲੀ ਲੱਗਣੀ ਇਹਨੇ ਇਹ ਪੁੱਟ ਕੇ ਮੇਦੇ 'ਚ ਪਵਾਉਣੀ ਬਈ ਫੈਸਲ ਨੂੰ ਇੱਕ ਬੰਦੇ ਨੇ ਗਿਟਾਰ ਦੇ ਦਿੱਤੀ ਭਾਈ ਗਿਟਾਰ ਹਾਂਜੀ ਉਹ ਜਾਨ ਨਹੀਂ ਦੇ ਉਹਦੇ ਨਾਲ ਕੁੱਕੜੀਆਂ ਖੁੱਡੇ 'ਚ ਵਾ ਕੇ ਉਹਨੂੰ ਫੜ ਕੇ ਕਹਿੰਦੇ ਦਾਨਿਸ਼ ਨੇ ਵੀ ਭਾਈ ਗਿਟਾਰ ਲੈਣ ਦੀ ਤੇ ਘਰ ਮੱਛਰ ਬਹੁਤ ਸੀ ਉਹਦੇ ਜੀ ਅੱਗ ਬਾਲ ਕੇ ਧੂਣ ਦੇ ਉਹਦੇ ਵਿੱਚ ਮੋਰਾ ਨਹੀਂ ਹੁੰਦਾ ਉਹ ਜਿਹੜਾ ਮੋਰਾ ਨਹੀਂ ਹੁੰਦਾ ਉਹਦੇ ਅੰਦਰ ਬਾਲ ਕੇ ਨਾ ਧੂਣੀ ਦੇ ਰਹੇ ਲੈ ਜੀ ਭਾਈ ਫੇਰ ਗਿਟਾਰ ਲਿਆਂਦੀ ਤੇ ਤਾਰਾਂ ਵੀ ਨਦੀ ਵੱਜਦੀ ਬਹੁਤ ਸੀ ਉਹ ਜਦੋਂ ਮੈਂ ਵੇਖਿਆ ਤੇ ਵਿੱਚ ਖਰਮਾਨੀਆਂ ਪਾ ਲੈ ਖਰਮਾਨੀਆਂ ਅਸੀਂ ਨਾ ਹੁਣ ਕੱਲ੍ਹ ਤੋਂ ਟੀ ਟਾਈਮ ਸ਼ੁਰੂ ਕਰਾਂਗੇ ਪ੍ਰੋਪਰ ਅਤੇ ਅੱਜ ਅਸੀਂ ਵੈਸੇ ਹੀ ਬੈਠੇ ਸਾਂ ਕੋ ਮਸ਼ਵਰਾ ਮਸ਼ਵਰਾ ਕਰ ਰਹੇ ਸਾਂ ਹਿਸਾਬ ਕਿਤਾਬ ਕਾਸ਼ਵ ਸਾਹਿਬ ਰਿਸ਼ਤੇ ਕਰਾਉਂਦੇ ਹੁੰਦੇ ਸੀ ਰਿਸ਼ਤਿਆਂ ਦਾ ਦਫ਼ਤਰ ਬਣਾ ਲਿਆ ਅਤੇ ਬਾਹਰ ਲਿਖਾਇਆ ਮਾਹਰ ਅਮਰਾਜ਼ੇ ਖਸਮ ਮਾਹਰ ਅਮਰਾਜ਼ ਖਸਮ ਲੈ ਹਸਬੈਂਡ ਆਲੋ ਜੀ ਫਰੀਦ ਮੇਲੇ 'ਚ ਫਿਰਦੇ ਆ ਮੈਂ ਕਿਹਾ ਕਿੱਧਰ ਕਹਿੰਦਾ ਉਹ ਆਰਜ਼ੀ ਬਾਤਲ ਖਿਲਾਵਾਂ ਦਾ ਠੇਕਾ ਆਪਣੇ ਕੋਲ ਹੀ ਆ ਆਰਜ਼ੀ ਬਾਤਲ ਖਿਲਾਵਾਂ ਅੱਛਾ ਬਾਤਲ ਖਿਲਾਵਾਂ ਰਿਸ਼ਤੇਦਾਰ ਪੰਪਾਂ ਦਾ ਕੰਮ ਕਰਦਾ ਲਾਲ ਪੰਪ ਲਾਉਂਦਾ ਸੈਂਟਰੀ ਦਾ ਪਲੰਬਰ ਪਲੰਬਰ ਤੇ ਨਾਲ ਉਸਤਾਦ ਜੀ ਤਵੀਤ ਧਾਗਾ ਵੀ ਕਰਦਾ ਸਾਡੇ ਫੈਸਲਾਬਾਦ ਨਾ ਲਾਲ ਪੰਪ ਚੱਲਦੇ ਨੇ ਸ਼ਹਿਜ਼ਾਦ ਪੰਪ ਫੈਸਲ ਪੰਪ ਫੈਸਲ ਤੇ ਪੂਰੇ ਪਾਕਿਸਤਾਨ ਚੱਲਦਾ ਸ਼ਹਿਜ਼ਾਦ ਵੀ ਪੂਰੇ ਪਾਕਿਸਤਾਨ ਚੱਲਦਾ ਐਦਰਾ ਜ਼ਿਹਨ 'ਚ ਰੱਖਣਾ ਦੋ ਨਾ ਤੇ ਹੁਣ ਹੈ ਆਣ ਕੇ ਕਹਿਣ ਡਿਆ ਵੀ ਮੁੰਡਾ ਜ਼ਿੱਦ ਕਰਨ ਨੂੰ ਨਹੀਂ ਹਟਣ ਡਿਆ ਤੇ ਟੂਟੀ ਵੀ ਨਹੀਂ ਚੱਲਣ ਡਿਆ ਉਹਦੇ ਕੋਲ ਜਿਹੜੇ ਗਾਹ ਕਰ ਰਹੇ ਤਵੀਜ਼ ਵਾਲੇ ਤਵੀਜ਼ ਵਾਲੇ ਬਾਬਾ ਜੀ ਤੁਸੀਂ ਦੋਵਾਂ ਪਾਸੇ ਕੱਖ ਨਹੀਂ ਦਮ ਦਾ ਵੀ ਆਰਾਮ ਨਹੀਂ ਆ ਰਿਹਾ ਤੇ ਟੂਟੀ ਵੀ ਲੀਕ ਕਰਨ ਨੂੰ ਨਹੀਂ ਹਟ ਰਹੇ ਨਾਲ ਦਮ ਕਰਦੇ ਨਾਲ ਸੈਂਟਰੀ ਦਾ ਕੰਮ ਵੀ ਕਰਦੇ ਤੇ ਇੱਕ ਆਇਆ ਬੰਦਾ ਤੂੰ ਹੁਣ ਧਾਗਾ ਬੰਨਣਾ ਸੀ ਨਾ ਤਵੀਜ਼ ਟੈਪ ਤੇ ਨਲਕੀ ਬਣ ਰਿਹਾ ਉਹਦੇ ਗੁੱਟ ਦੇ ਪੂਰੀ ਨਲਕੀ ਬਣ ਰਿਹਾ ਤੇ ਐ ਵੇਖੋ ਐ ਤੇ ਪੂਰੀ ਨਲਕੀ ਬੰਨ ਕੇ ਉੱਤੇ ਸਲੋਸ਼ਨ ਲਾ ਕੇ ਤੇ ਜਿਹੜੇ ਧਾਗੇ ਨੇ ਲੈਟਰ ਨਾਲ ਅੱਗ ਬਾਲ ਕੇ ਠੀਕ ਕਰ
बाबे क्या तवीज ला जो कब्रस्तान च ना इन्ना टोया मार के उत्थे दब देना ये नहीं कह रहा उन्हें कह रहा तवीज ला जो इन्ना क बोर करना कब्रस्तान इन्ना क बोर करके तवीज दब के उत्तों निजाम शमसी कर देना हर गल च वाड़ रहा उधर अच्छा यदा अच्छा ना किस टाइम नींद पता नहीं लगा तो दोवें गाह कट्ठे आ गए एक पंप लै के आ गया तो एक तवीज करा आ गया तो गुट न रैंच पा लिया तो पंप तो फूका मारी गया मेरा चाचा तीसरी मंजिल तक नहीं उसको चढ़ नहीं हुंदा कहिंदा उहदा बोर नवा होना भाई ते उहदे ते डोंकी पंप लगना एक जगह ते फिर भाई बोर किया फरीद भाई ने ते इन्ना नीवा करता वो पानी चो मछलियां आने लग करी जा रहा थल्ले गटोए मछलियां ओए होए एक मरीज आ के कहंदा बाबा जी साडे हालात नहीं ठीक कहंदा तुहाडे हाल तबीयत दबे आ ते डायरेक्ट जाके उहनां दा पंप फोड़ दिंदा आहो एक बंदे ने पानी दम कराया ते उहदे कोलों 2500 रुपया ले लिया क्यों नाल ओह वाल भी लाता खुद नूं पता करदा आहो ओए होए प्लाजा बनाता अफरीद ने बड़ा जंबो प्लाजा बनाता ते वींगा ओह कहंदे इह किद्दां वींगा बनाया कहंदा भाई जिद्दर मैं बनाया नेरी बहुत लगी मैं बना क्या वार इधर हों गया तो वाह घंटा घर के सामने फरीद भाई डेढ़ घंटा वेले खलोते घंटा घर के सामने डेढ़ घंटा वेला खलोता रे लता एक बंदा तवीत करा आ गया पंप वाले को कहना जा रेलवे रोड तो मार कर लै गया अद्धी रात नूं बंदे पंप लिया के कहंदे बाबा जी इहनूं ना पंप नूं रात नूं झटके लगदे पता नहीं इहनूं खिच नहीं पैंदी है जिद्दां इह रिमाइंड कराउणा पंप नूं रात नूं झटके लगदे चलो यार कोई गल नहीं एक माई का मुंडा बड़ा रोंदा सी ओह लै आई बाबा जी कोल के बाबा जी मुंडा रोंदा बोलता कहंदा इहदियां सीलां पैणियां एक माई का मुंडा ना बड़ा रोंदा सी ओह आके कहंदी बाबा जी वड्डे वड्डे उथरू सिटदा बहुत रोंदा ओह को कहंदा नाल पुत्तर रेत ते नहीं आंदी अत्रू वाले पाड़े च रेत ते नहीं आंदी नाल यार फैसल उदो दा चुप बैठा सी कसम फरीद तू जो भी अपने रिश्तेदार की गल दसी तू कदी नूं किया कि मेरे किसी रिश्तेदार की उर्दू बाजार लड़ाई हो पई उतो किताबा लैन गया मतलब तू कभी यह नहीं किया कि मेरे रिश्तेदार ने ना मतलब वड्डी गड्डी की किस्त देन गया 2.5 लाख किस्त सी उत्थे बैंक वाले नाल लड़ाई हो पई कभी इदा की गल नहीं की तू हमेशा यह दसिया मेरा चाचा राती गडेरिया ने ना लड़ पाया उन्हें गडेरिया दो घट पाइया उत्थे वट्टे चल पे उन्हें ठीक है ना मतलब यही हमेशा यही गल करेगा सवेरे चाचे की बाहर उधर लड़ाई हो पी उन्होंने कूड़ा नाल सिटिया मेरे चाचे ने चुके उन्होंने बूहे के सिट अपने बोर वाली दुकान का भला की ना रखा एक्साइटेड बोर एक्साइटेड अच्छा दुकान के बाहर के लिखिया दुकान के बाहर लिखिया कि यहाँ पर रूहानी इलाज तसल्ली बख्श किया जाता है
अच्छा उनको मरीज आया उन्हें कहा बाबा जी दम करवाउन मरीज आया उन्हें कहा बाबा जी मेरे मुंडे दे ना खुराक वाली नारी च कोई चीज़ नहीं लंघ रही तो सारा हिसाब ला के उन्होंने कहता ना इंची का पै अंदरों नाड़ गल गई और नवी पानी पैनी इंची का टोटा ना गल गया वो उन्हें दोबारा पाना पैना एक बंदा आया अपने मुंडे लैके कहता जी का नक् वगन नहीं हटता कभी कभी खून भी आता तो वो सोना जो नहीं ब्लॉकर जहाँ वो इतने ला के कस दिता बंद प्लग फिर रहा इंज कर हाँ एक बंदा कहना बाबा जी मैं तवीज पीता बिचों सलूशन की बो आ दो तीन दिन आनी दीप भाई ने भी एक बंदा कहता यार मेरे मुंडे को सू नींद नहीं आती उन्होंने कहता उन्हें रिबैंड होना फरीद भाई केटू दे भारत चल चल मार वन पीवी भार केटू था उत्ते चढ़ के मार वन ये मुलाफकत था फरीद भाई भाई फिर चले गए केटू दे भारत के सामने मारा जे अपना मिट्टी जमा कर कहता है मेरा भार साडा भी पहाड़ा असि भी तिया पहाड़ा वाले बस मरी चला वा तो घर दिन जफियां पापा रो रो मिलन क्यों जफियां पापा के नानक खान च वापस आया बस तो अपने रिश्तेदारा के घर ना छोटे छोटे टुकड़े बर्फ दे उन्होंने छापर च पा के दे रहे बर्फ हाँ जी बर्फ वो कहते ये की कहना ये मैं उतो थोड़े लिए तबर्फ ले आया सिरी लाके जा रहे तो सिरी कह रही है फलक का घर लंघ गया कि जा रहा है जो फलक का घर आया तो सिरी कह रही सिर सिर फिक्कियां भी चलदियां वाह वाह अच्छा तेरा रिश्तेदार आ जिहड़ा नाल तवीज धागा भी करदा ते ਉਸਤਾਦ ਜੀ ਛੱਡ ਦਿੱਤਾ ਹੁਣ ਤੁਸੀਂ ਆ ਜਿਹੜੀਆਂ ਗੱਲਾਂ ਕਰਨ ਦੇ ਯਾਰ ਇੱਕ ਬੰਦਾ ਉਹਦਾ ਕਾਰੋਬਾਰ ਆ ਤੁਸੀਂ ਵਿਸਤ ਕਰਾ ਯਾ ਪਾਇਆ ਨਾ ਉਹਨੂੰ ਇੱਕ ਬੰਦਾ ਆ ਕਹਿੰਦਾ ਯਾਰ ਸਾਡਾ ਪੰਪ ਨਾ ਸਮੈਲ ਵਾਲਾ ਪਾਣੀ ਦਿੰਦਾ ਤੇ ਉਹਨੂੰ ਕਹਿਣ ਦਿਆ ਕਹਿੰਦਾ ਤੂੰ ਅਗਰਬੱਤੀਆਂ ਲਾ ਕੇ ਆਲੇ ਦੁਆਲੇ ਚਲਾਇਆ ਕਰ ਇੱਕ ਬੰਦੇ ਦੀ ਫਿਰ ਭਾਈ ਮੋਟਰ ਰਿਬੈਂਡ ਕੀਤੀ ਤਾਂਬਾ ਬਦਲਿਆ ਉਹਨੂੰ ਤੇ ਉਹ ਪੁਰਾਣਾ ਤਾਂਬਾ ਉਹਨੂੰ ਦੇ ਕਹੀ ਆਵੇ ਆ ਕਿਤੇ ਚੱਲਦੀ ਨਹਿਰ 'ਚ ਸੁੱਟਦੀ ਚੱਲਦਾ ਪਾਣੀ ਪਾਕ ਹੁੰਦਾ ਨਾ ਇੱਕ ਬੰਦਾ ਆ ਕੇ ਇਹਦੇ ਚਾਚੇ ਨੂੰ ਕਹਿੰਦਾ ਮੇਰਾ ਯਾਰ ਪੰਪ ਪਾਣੀ ਘੱਟ ਚੁੱਕਦਾ ਉਹਨੂੰ ਕਹਿੰਦਾ ਮੈਂ ਤੈਨੂੰ ਆਂਡਾ ਤੇ ਮਸਰ ਪਾੜ ਕੇ ਦਵਾਂਗਾ ਉਹਦੇ ਬੰਨ ਦੀ ਆਂਡਾ ਤੇ ਮਸਰ ਇਹ ਭਾਈ ਪੰਪਾਂ ਦਾ ਕੰਮ ਕਰਦਾ ਸੀ ਤਵੀਤ ਧਾਗੇ ਦਾ ਨਹੀਂ ਕਰਦਾ ਇਹ ਕਮਾਈਏ ਦੇ ਘੁਆਣ ਕਰਕੇ ਕਹਿੰਦਾ ਤੂੰ ਤਵੀਤ ਧਾਗੇ ਦਾ ਕੰਮ ਕਰਦਾ ਇਹ ਕੀ ਸੀ ਭਾਈ ਮੂੰਹ ਤੇ ਲੱਗਦਾ ਸੀ ਇਹ ਹੈ ਕੀ ਸੀ ਉਹ ਜਿਹੜਾ ਦਾ ਰਿਸ਼ਤੇਦਾਰ ਆ ਨਾ ਅੱਛਾ ਹਾਂ ਉਹਦੇ ਕੋਲ ਇੱਕ ਬੰਦਾ ਆਇਆ ਉਹਨੂੰ ਕਹਿੰਦਾ ਜੀ ਤੁਸੀਂ ਬੋਰ ਵਗੈਰਾ ਕਰਦੇ ਹੋ ਕਹਿੰਦਾ ਹਾਂਜੀ ਉਹਨੇ ਕਹਿੰਦਾ ਜੀ ਸਾਨੂੰ ਆ ਬੋਰ ਕਰਨਾ ਆ ਜਾਓ ਸਵੇਰ ਤੋਂ ਬੈਠਾ ਉਹਨਾਂ ਨੂੰ ਫਿੱਕੇ ਫਿੱਕੇ ਜੀਵੇ ਸੁਣਾ ਸ਼ਾਮ ਦੇ 4 ਵੱਜ ਗਏ ਉਹ ਕਹਿੰਦੇ ਜੀ ਬੋਰ ਨਹੀਂ ਕਰ ਰਹੇ ਕਹਿੰਦਾ ਤੁਸੀਂ ਮਹਿਸੂਸ ਕਰੋ ਮੈਂ ਤਾਂ ਸਵੇਰ ਦਾ ਕਰ ਰਿਹਾ ਮੈਂ ਤਾਂ 12 ਵਜੇ ਦਾ ਝੱਗ ਬੋਰ ਹੀ ਕਰ ਰਿਹਾ ਤਾਂ ਹਲਕੇ ਤਾਂ ਲਾਗੋ ਦੀ ਚੱਚ ਹੁਣ ਅਸੀਂ ਦੁਕਾਨ 'ਤੇ ਲਾਗੋ ਕਰਾਂਗੇ ਤਾਂ ਕਹਿੰਦਾ ਇਹਨੂੰ ਰਹਿਣ ਦਿਓ ਯਾਰ ਬਹੁਤ ਬੋਰ ਕਰਦਾ ਯਾਰ ਮੇਰੇ ਇੱਕ ਬੰਦਾ ਆਣ ਕੇ ਫਿਰ ਫਰੀਦ ਭਾਈ ਨੂੰ ਕਹਿੰਦਾ ਯਾਰ ਸਾਡੀ ਨਾ ਮੋਟਰ ਸੜ ਗਈ ਕਹਿੰਦਾ ਤੁਹਾਡੇ ਕਾਰਨ ਨਾ ਕਿਸੇ ਨੇ ਊਂਠ ਦੀ ਹੱਡੀ ਸੁੱਟੀ ਅੱਛਾ ਜਿਹੜੇ ਉਹ ਸੈਂਟਰੀ ਵਾਲੇ ਗਾਹਕ ਆ ਰਹੇ ਆ ਉਹਨਾਂ ਨੂੰ ਇੱਧਰ ਨੂੰ ਤੋਰ ਰਹੇ ਆ ਜਿਹੜੇ ਇੱਧਰ ਦੇ ਗਾਹਕ ਆ ਰਹੇ ਉਹਨਾਂ ਨੂੰ ਉੱਧਰ ਨੂੰ ਤੋਰ ਰਹੇ ਆ ਹੈਨਾ ਅੱਛਾ ਇੱਕ ਬੁੱਢੀ ਆ ਰਹੀ ਨਾ ਰੋਜ਼ ਤੇ ਉਹਨੂੰ ਪਾਣੀ ਦੇ ਰਿਹਾ ਪੜ ਕੇ ਅਤੇ ਬੁੱਢੀ ਨੇ ਕਿਹਾ ਬਾਬਾ ਜੀ ਮੈਂ ਐਡੀ ਦੂਰੋਂ ਆਉਂਦੀ ਹਾਂ ਅਤੇ ਰੋਜ਼ ਤੁਸੀਂ ਪਾਣੀ ਦਿੰਦੇ ਹਾਂ ਅਤੇ ਤੁਸੀਂ ਅਤੇ ਅਗਲੇ ਦਿਨ ਉਹਦੇ ਘਰ ਜਾ ਕੇ ਉਹਦੇ ਲਾਲ ਪੰਪ 'ਤੇ ਦਮ ਕਰ ਰਿਹਾ ਵੀ ਇਹਦੇ 'ਚੋਂ ਜਿਹੜਾ ਆਏਗਾ ਹੁਣ ਤੂੰ ਪੀ ਜਾ ਬਸ ਪੂਰੇ ਬੰਦੇ ਨੂੰ ਪੀ ਪੜਿਆ ਹੀ ਆ
ਇੱਕ ਮੁੰਡਾ ਬਿਮਾਰ ਹੋ ਗਿਆ ਤੇ ਮਾਂ ਨੇ ਕਿਹਾ ਵੀ ਐ ਨਾ ਕਹਿੰਦਾ ਉਹਦਾ ਸਦਕਾ ਦਿਓ ਕਹਿੰਦੇ ਬੱਕਰੇ ਦੀ ਸਿਰੀ ਕਹਿੰਦਾ ਨਹੀਂ ਨਹੀਂ ਉਹ ਅਗਲਾ ਫਲੰਚ ਨਹੀਂ ਉਹ ਵਾਰ ਗਏ ਉੱਤੋਂ ਇੱਕ ਪੰਪ ਠੀਕ ਕਰਨ ਚਲੇ ਗਏ ਤੇ ਬਾਹਰ ਬੁਰ ਕੇ ਪੰਪ ਦੇ ਲਾਗੇ ਫੂਕਾ ਮਾਰਨ ਲੱਗੇ ਭਾਈ ਬੁੱਲ ਸਰਾ ਲਿਆ ਉਹ ਗਰਮ ਹੋਇਆ ਦਮ ਕਰਨ ਲੋਕੀ ਰਸ਼ ਲੱਗ ਜਾਂਦਾ ਨਾ ਤੇ ਉਹ ਫੂਕਾ ਮਾਰ ਮਾਰ ਗਲਾ ਖੁਸ਼ਕ ਹੋ ਗਿਆ ਤੇ ਸਾਈਕਲਾਂ ਵਾਲੀ ਟੈਂਕੀ ਲਿਆ ਕਰਾਂ ਲਈ ਪੂਰੀ ਟੈਂਕੀ ਤੇ ਫਾਰ ਮਾਰ ਕੇ ਪੈਪ ਨਾ ਉਹਨਾਂ ਨੇ ਕਿਹਾ ਕੀ ਕਹਿੰਦਾ ਜੀ ਮੈਂ ਇੱਕੋ ਵਾਰੀ ਪੜ੍ਹਦੀ ਸਵੇਰੇ ਸਾਰੀ ਮੀਆਂ ਬੀਬੀ ਦੀ ਲੜਾਈ ਹੋਈ ਤੇ ਉਹਦੇ ਬੰਦੇ ਨੂੰ ਸਮਝਾਉਣ ਦਿਆ ਕਹਿੰਦਾ ਟੀ ਤੇ ਆਣੀ ਆ ਲੈ ਜਾ ਇੱਕ ਬੰਦਾ ਬਿਮਾਰ ਹੋ ਕੇ ਆ ਗਿਆ ਇਹਦੇ ਚਾਚੇ ਕੋਲ ਤੇ ਕਹਿੰਦਾ ਯਾਰ ਮੈਂ ਬਹੁਤ ਬਿਮਾਰ ਆ ਮੈਨੂੰ ਕੋਈ ਤਵੀਤ ਕਰ ਦੋ ਉਹਦੀ ਬਾਂਹ ਨਹੀਂ ਸੀ ਹੈ ਕਹਿੰਦਾ ਯਾਰ ਤੈਨੂੰ ਨਹੀਂ ਮੈਂ ਤਵੀਤ ਦੇ ਸਕਦਾ ਕਿਉਂਕਿ ਬਾਂਹ ਤੇ ਬੰਨਣ ਵਾਲਾ ਤਵੀਤ ਆ ਤੇਰੀ ਤੇ ਬਾਂਹ ਹੀ ਨਹੀਂ ਹੈ ਆਹੋ ਇਹਦੇ ਉੱਪਰਲੀ ਬਾਂਹ ਦੇ ਦਿੰਦਾ ਤੂੰ ਨਹੀਂ ਸੀ ਲੈ ਉਹਨੇ ਦੂਜੀ ਵੀ ਲਾਤੀ ਇਹ ਵੀ ਭਾਈ ਇਹਨੇ ਵੀ ਇੱਕ ਜਗ੍ਹਾ ਤੇ ਬੋਰ ਕੀਤੀ ਸੀ ਤੇ ਬਾਅਦ ਚੋਂ ਰੱਸਾ ਪਾ ਕੇ ਨਾ ਮੱਕਣਾ ਦੀ ਵਿੱਚ ਬੋਰ ਦੇ ਸੁੱਟਣ ਦਿਆ ਮੈਂ ਕਿ ਕਹਿੰਦਾ ਮੇਰੀ ਘੜੀ ਵਿੱਚ ਗਈ ਬੋਰ ਕਰਕੇ ਤੇ ਖਲੋਤਾ ਆਰਾਮ ਨਾਲ ਇਹਤੇ ਵੀ ਹੱਸ ਪੋ ਤੁਸੀਂ ਅਗਲੀ ਇਹਦੀ ਇਹਦੀ ਪੰਚ ਲੈਣ ਸਿਰਫ ਇਹਦਾ ਬੋਲਣਾ ਹੀ ਇਹਦੀ ਪੰਚ ਲੈਣ ਇੱਕ ਬੰਦਾ ਫਰੀਦ ਭਾਈ ਨੂੰ ਆਣ ਕਹਿੰਦਾ ਯਾਰ ਸਾਡਾ ਪੰਪ ਪਾਣੀ ਨਹੀਂ ਚੱਕਦਾ ਮਿਸਤਰੀਆਂ ਦਾ ਕੰਮ ਵੀ ਕਰਦਾ ਹਿਕਮਤ ਵੀ ਕਰਦਾ ਮਿਸਤਰੀਆਂ ਦਾ ਕੰਮ ਵੀ ਕਰਦਾ ਉਸਤਾਦ ਜੀ ਉਹਨਾਂ ਦਾ ਕੰਮ ਅੱਲਾ ਮਾਫੀ ਦੇਵੇ ਉਹ ਜਿਹਦੇ ਨਾਲ ਟੈਲ ਨਹੀਂ ਤੋੜੀ ਦੀ ਉਹਦੇ ਨਾਲ ਹੀ ਦਵਾਈ ਰਗੜਨ ਲੱਗਾ ਨਹੀਂ ਤੁਹਾਡੇ ਇੰਨੇ ਕਜ਼ਨ ਆ ਪੋਲਟਰੀ ਫਾਰਮ ਚ ਰਹਿੰਦੇ ਮਿਸਤਰੀਆਂ ਨੇ ਸੁਣੀਆਂ ਚੈੱਕ ਕਰ ਉਹਦੇ ਨਾਲ ਨਾ ਨਾਫ ਚੈੱਕ ਕਰ ਰਹੇ ਲਾ ਕੇ ਉਹ ਨਾਫ ਨੀ ਚੈੱਕ ਕਰਦੇ ਉਹ ਲਾਟੂ ਨਾਲ ਨਾਫ ਚੈੱਕ ਕਰ ਰਹੇ ਇਹਨਾਂ ਦੀ ਕੋਈ ਗੋਦ ਪੁੱਛੇ ਤੇ ਕਹਿੰਦੇ ਡਬਲ ਬਾਈਂਡਡ ਟੈਨਸ਼ਨ ਚੋਵੇ ਸੀ ਫਰੀਦ ਕੀ ਹੋਇਆ ਤੂੰ ਕਹੋ ਸਾਹ ਜੀ ਮੇਰਾ ਵੱਡਾ ਭਤੀਜਾ ਕਾਜਲ ਯੂਨੀਵਰਸਿਟੀ ਚ ਲੜ ਪਿਆ ਮੈਂ ਅੱਜ ਦੀ ਗੱਲ ਇਹ ਤੁਸੀਂ ਛੋਟੀਆਂ ਗੱਲਾਂ ਕਰਨ ਡੇ ਹੋ ਮੇਰਾ ਤੇ ਇੱਕ ਛੋਟਾ ਕਜ਼ਨ ਹੈਗਾ ਵਾ ਉਹਦੇ ਮੁੰਡੇ ਦੀ ਗੱਲ ਦੱਸਣ ਡਿਆ ਛੋਟਾ ਜਿਹਾ ਮੁੰਡਾ ਵਾ ਸਾਹ ਜੀ ਪੱਖਾ ਤੱਕ ਠੀਕ ਕਰ ਦਿੰਦਾ ਉਹੀ ਗੱਲ ਉਹੀ ਗੱਲ ਵੀ ਉਹ ਮਿਸਤਰੀ ਮਜ਼ਦੂਰ ਵੱਡੀ ਗੱਲ ਕਰ ਵੱਡੀ ਕੋਈ ਲਾਇਰ ਕਰ ਪਤਾ ਤੂੰ ਕਹਿ ਪਈ ਸਾਹ ਜੀ ਮੇਰਾ ਮੇਰਾ ਜਿਹੜਾ ਫਲਾਣਾ ਕਜ਼ਨ ਆ ਨਾ ਉਹ USA ਦੇ ਵਿੱਚ ਫਲਾਂ ਕੰਪਨੀ ਦੇ ਵਿੱਚ ਮੈਨੇਜਰ ਲੱਗਾ ਉਹਦੀ ਪਾਕਿਸਤਾਨੀ 38 ਲੱਖ ਰੁਪਇਆ ਤਨਖਾਹ ਵਾ ਤੇ ਉਹਦੀ ਤਬੀਅਤ ਖਰਾਬ ਆ ਤੇ ਮੈਂ ਉਹਦਾ ਪਤਾ ਲੈਣ ਜਾਣਾ ਇੰਜ ਦੇ ਸਾਨੂੰ ਮਸਲੇ ਦੱਸ ਫਿਰ ਭਾਈ ਇੱਕ ਬੰਦਾ ਆ ਕਹਿੰਦਾ ਕੀ ਸਾ ਮੇਰਾ ਨਾ ਦਿਲ ਘਬਰਾਉਣ ਦਿਆ ਆਪ ਦੁਕਾਨ ਥੱਲੇ ਆ ਤੇ ਜਿਹੜੇ ਮਰੀਜ਼ ਆ ਨਾ ਉਹ ਉਤਲੀ ਬਿਲਡਿੰਗ ਤੇ ਆ ਭਲਾ ਕਿਉਂ ਕਿਉਂਕਿ ਦਵਾਈ ਬਣਾ ਕੇ ਨਾ ਇੰਜ ਸਿੱਟਦਾ ਉੱਤੇ ਦਸ ਬੋਰੀਆਂ ਦਾ ਭਾਈ ਸੀਮਰ ਬਣਾ ਕੇ ਪਈ ਹੋਵੇ ਅੱਜ ਛੁੱਟੀ ਨਾ ਕਰ ਉਹਨਾਂ ਨੇ ਸੀਮਰ ਦਾ ਬੇੜਾ ਗਰਕ ਕਰਤਾ ਬੈਠਕ ਚ ਭਾਈ ਫਰੀਦ ਭਾਈ ਨੇ ਆਂਡਿਆਂ ਦੀਆਂ ਟਰੇਵਾਂ ਲਾਈਆਂ ਫੋਮ ਲਾਏ ਮੈਂ ਕਿਹਾ ਇਹ ਕੀ ਇਹ ਤੇ ਸਿੰਗਰ ਲਾਉਂਦੇ ਕਹਿੰਦਾ ਮੈਂ ਬੁੱਢੇ ਨੂੰ ਕੁੱਟਣਾ ਹੁੰਦਾ ਆਵਾਜ਼ ਬਾਹਰ ਅੱਛਾ ਉਹਨੂੰ ਇਹ ਪਤਾ ਆਂਡਿਆਂ ਦੀਆਂ ਟਰੇਵਾਂ ਲੱਗਦੀਆਂ
ਓਏ ਹੋਏ ਮੇਰੇ ਮੋਰਾ ਲੜਦੂ ਕੀਤਾ ਤੋਬਾ ਲੋ ਜੀ ਨਾਜ਼ਰੀਨ ਆਪਣਾ ਬਹੁਤ ਖਿਆਲ ਰੱਖਣਾ ਕੱਲ ਤੋਂ ਟੀ ਟਾਈਮ ਸ਼ੁਰੂ ਕਰਾਂਗੇ ਫਾਰਮੈਟ ਅੱਜ ਤੇ ਅਸੀਂ ਵੈਸੇ ਬੈਠੇ ਸਨ ਕੱਲ ਤੋਂ ਪ੍ਰੋਪਰ ਇੱਕ ਫਾਰਮੈਟ ਸ਼ੁਰੂ ਕਰਾਂਗੇ ਇਨਸ਼ਾਅੱਲਾ ਤਾਲਾ ਤੇ ਫਿਰ ਵੇਖੋ ਫਿਰ ਤੁਹਾਡੇ ਨਾਲ ਮੁਲਾਕਾਤ ਹੋਏਗੀ ਇਹਦੇ ਕੋਲ ਆਪਣਾ ਖਿਆਲ ਰੱਖਣਾ ਅੱਲਾ ਹਾਫਿਜ਼ ਵਾਹ ਵਾਹ